ਕਿ ਹਾਕਮੇ ਵਕਤ, ਹਾਕਮੇ ਵਕਤ ਉਤਰ ਆਇਆ ਹੈ ਅਦਾਕਾਰੀ ਪਰ, ਲੋਕ ਮਜਬੂਰ ਹੈ ਜ਼ਾਲਮ ਕੀ ਤਰਫਦਾਰੀ ਪਰ, ਕੱਲ ਇਸੀ ਜੁਰਮ ਪੇ ਸਰ ਕਾਟ ਦੀਏ ਜਾਤੇ ਥੇ, ਆਜ ਇਜਾਜ ਦੀਆ ਜਾਤਾ ਹੈ ਗੱਦਾਰੀ ਪਰ। ਪੰਜਾਬੀਆਂ ਨੂੰ ਦੁਨੀਆਂ ਭਰ ਦੇ ਨਕਸ਼ੇ ਦੇ ਉੱਤੇ ਤੁਸੀਂ ਖਲਨਾਇਕ ਬਣਾ ਕੇ ਰੱਖ ਦਿੱਤਾ, ਪੰਜਾਬ 'ਚ ਰਹਿਣ ਕੀ ਦਿੱਤਾ ਤੁਸੀਂ? ਨਸ਼ਾ, ਗੈਂਗਸਟਰ, ਧਰਨੇ, ਬੇਰੁਜ਼ਗਾਰੀ, ਅਨਪੜ੍ਹਤਾ, ਬਿਮਾਰੀਆਂ ਅਤੇ ਮੁਫਤਖੋਰੀ। 20-20 ਕਿਲੋ ਆਟਾ ਅਤੇ 5-5 ਕਿਲੋ ਦਾਲ ਅਤੇ 200-200 ਜਿਹੜੇ ਯੂਨਿਟ ਨੇ ਬੱਤੀ ਦੇ ਫ੍ਰੀ। ਮੈਂ ਆਮ ਤੌਰ 'ਤੇ ਵੇਖਦਾ ਪੱਗ ਬੰਨ੍ਹ ਕੇ ਤੁਸੀਂ ਧਾਰਮਿਕ ਪ੍ਰੋਗਰਾਮ ਅਟੈਂਡ ਕਰਦੇ ਹੋ ਸਿੱਖਾਂ ਦੇ, ਉਦੋਂ ਤੁਸੀਂ ਪੱਗ ਬੰਨ੍ਹ ਲੈਂਦੇ ਹੋ ਨਾਭੀ ਕਲਰ ਦੀ ਅਤੇ ਨਾਭੀ ਕਲਰ ਦਾ ਹੀ ਅੱਗੇ ਸਕਾਫ ਲਾ ਲੈਂਦੇ ਹੋ ਅਤੇ ਸਿੱਖਾਂ ਦੇ ਬਣ ਜਾਂਦੇ ਹੋ ਰਣਬੀਰ ਕਪੂਰ, ਅਤੇ ਗਲੇ ਲਾ ਕੇ ਮਗਰੋਂ ਮਾਰਦੇ ਹੋ ਪਿੱਠ ਛੁਰੀ। ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕਿ ਮਹਿਫਿਲ ਮੇਂ ਗਲੇ ਮਿਲਕਰ, ਮਹਿਫਿਲ ਮੇਂ ਗਲੇ ਮਿਲਕਰ ਵੋ ਧੀਰੇ ਸੇ ਕਹਿ ਗਏ, ਜੇ ਦੁਨੀਆ ਕੀ ਰਸਮ ਹੈ ਇਸੇ ਮੁਹੱਬਤ ਨਾ ਸਮਝ ਲੈਣਾ। ਉਲਟਾ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ, ਔਰ ਜੰਮੂ ਕਸ਼ਮੀਰ ਵਰਗੇ ਤੁਸੀਂ ਹਾਲਾਤ ਬਣਾ ਰਹੇ ਹੋ ਤਾਂ ਜੋ ਇਹ ਸਾਰਾ ਕੁਝ ਬਦਲ ਕੇ ਇਹਨੂੰ ਬਦਨਾਮ ਕਰਕੇ ਇਹਦੇ ਉੱਤੇ ਜੰਮੂ ਕਸ਼ਮੀਰ ਦੀ ਤਰ੍ਹਾਂ ਕਬਜ਼ਾ ਕਰ ਲਿਆ ਜਾਵੇ। ਕੋਈ ਘਟਨਾ ਪੰਜਾਬ 'ਚ ਛੋਟੀ ਮੋਟੀ ਵੀ ਹੁੰਦੀ ਆ, ਇਹ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਸ ਤਰ੍ਹਾਂ ਦਿਖਾਇਆ ਜਾਂਦਾ ਜਿਵੇਂ ਇਹਨਾਂ ਪੰਜਾਬੀਆਂ ਤੋਂ ਮਾੜੇ ਅਤੇ ਲੜਾਕੇ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਨਹੀਂ ਹੈਗੇ, ਜਿਵੇਂ ਸੀਰੀਆ 'ਚ ਹੁੰਦਾ ਉਸ ਤਰੀਕੇ ਤੁਸੀਂ ਪੰਜਾਬੀਆਂ ਨੂੰ ਵਿਖਾਉਂਦੇ ਹੋ। ਜਦੋਂ ਕੋਈ ਵੀ ਤੁਹਾਡੀ ਵਿਰੋਧੀ ਪਾਰਟੀ 'ਚ ਹੋਵੇ ਮੋਦੀ ਸਾਹਿਬ, ਅਤੇ ਮੇਰਾ ਖਿਆਲ ਉਹ ਦੇਸ਼ ਦਾ ਸਭ ਤੋਂ ਵੱਡਾ ਚੋਰ ਹੁੰਦਾ ਵਾ, ਸਭ ਤੋਂ ਵੱਡਾ ਉਹ ਦੇਸ਼ ਧਰੋਹੀ ਹੁੰਦਾ ਵਾ, ਅਤੇ ਜਦੋਂ ਤੁਹਾਡੇ ਨਾਲ ਆ ਜਾਂਦਾ ਤਾਂ ਫਿਰ ਉਹਦੇ ਅਰਗਤ ਪਰਮਾਤਮਾ ਹੀ ਕੋਈ ਨਹੀਂ ਹੁੰਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪ ਮੰਨਦੇ ਸੀਗੇ ਟੀਵੀ ਚੈਨਲ ਦੇ ਉੱਤੇ ਕਿ ਮੇਰੇ ਮੰਤਰੀ ਅਤੇ ਮੇਰੇ MLA ਭ੍ਰਿਸ਼ਟ ਆ, ਉਹਨਾਂ ਦੇ ਖਿਲਾਫ ਮੈਨੂੰ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ, ਅਤੇ ਫਿਰ ਤੁਸੀਂ ਉਹਨਾਂ ਨੂੰ ਨਾਲ ਕੋ ਲਾ ਲਿਆ, ਉਹਨਾਂ ਨੂੰ ਉਹਨਾਂ ਦਾ ਦਾਇਤਵ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਦਾਇਤਵ ਬਣਦਾ ਸੀਗਾ, ਦਾਇਤਵ ਜਿਹਨੂੰ ਫਰਜ਼ ਕਹਿੰਦੇ ਪੰਜਾਬੀ ਦੇ ਵਿੱਚ, ਉਹ ਬਣਦਾ ਸੀਗਾ, ਜ਼ਿੰਮੇਵਾਰੀ ਬਣਦੀ ਸੀਗੀ ਉਹਦੇ ਵਿੱਚ, ਅਤੇ ਜੇ ਉਹਨਾਂ ਕਤਾਈ ਕੀਤੀ ਤਾਂ ਉਹਨੂੰ ਤੁਸੀਂ ਨਾਲ ਲਾ ਲਿਆ, ਅਤੇ ਜੇ ਹਿੰਮਤ ਬਿਸਵਾ ਤੁਹਾਡੇ ਨਾਲ ਆ ਗਿਆ ਤਾਂ ਉਹ ਦੋਤੋ ਤੋ ਗਿਆ ਅਤੇ ਮੁੱਖ ਮੰਤਰੀ ਇਕੱਲਾ ਚੋਰ ਹੋ ਗਿਆ। ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਲੱਖਾਂ ਕਰੋੜਾਂ ਰੁਪਈਆ ਲੁੱਟਿਆ, ਖਾਧਾ, ਆਪਣੇ ਸਾਥੀਆਂ ਨੂੰ ਲੁਟਾਇਆ, ਅਤੇ ਉਹਨਾਂ ਨੂੰ ਸਜਾਵਾਂ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਆਪਣੇ ਸਾਥੀ ਬਣਾ ਲਿਆ। ਮੋਦੀ ਸਾਹਿਬ, ਕਿ ਕਰਪਸ਼ਨ ਕੇ ਖਿਲਾਫ ਯੇ ਅਭਿਆਨ ਚਲਾ ਦਿਓ, ਕਰਪਸ਼ਨ ਕੇ ਖਿਲਾਫ ਯੇ ਅਭਿਆਨ ਚਲਾ ਦਿਓ, ਕੇਜਰੀਵਾਲ ਔਰ ਮਨੀਸ਼ ਸਿਸੋਦੀਏ ਕੀ ਹਸਤੀ ਕੋ ਮਿਟਾ ਦਿਓ, ਇਨਸਾਫ ਹੋ ਰਿਹਾ ਹੈ ਤੋ ਇਨਸਾਫ ਖੁੱਲ੍ਹ ਕੇ ਹੋ, ਨਵੀਨ ਜਿੰਦਲ ਔਰ ਅਜੀਤ ਪਵਾਰ ਔਰ ਭਗਵੰਤ ਮਾਨ ਕੋ ਵੀ ਸੂਲੀ ਪੇ ਚੜਾ ਦਿਓ, ਉਹਨਾਂ ਨੂੰ ਆਪਾਂ ਕੋਈ ਛੱਡਿਆ ਆ, ਸੇਮ ਸ਼ਰਾਬ ਪਾਲਿਸੀ ਇੱਥੇ ਆ, ਫਿਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ? ਕਿਉਂਕਿ ਅੰਦਰੇ ਅੰਦਰ ਆਪਣੀ ਪਾਰਟੀ ਦੀਆਂ ਅਤੇ ਪੰਜਾਬ ਦੀਆਂ ਜੜ੍ਹਾਂ ਵੱਢ ਕੇ ਅਤੇ ਤੁਹਾਡੀ ਝੋਲੀ ਦੇ ਵਿੱਚ ਪਾ ਰਹੇ ਆ, ਕਿ ਜਿਹੜੇ ਇਸ਼ੂ ਦੇ ਵਿੱਚ ਕੇਜਰੀਵਾਲ ਅੰਦਰ ਗਿਆ ਵਾ ਉਹ ਇਸ਼ੂ ਸੇਮ ਪੰਜਾਬ ਦੇ ਵਿੱਚ ਵੀ ਹੈ, ਅਤੇ ਫਿਰ ਪੰਜਾਬ ਸਰਕਾਰ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕਿਉਂਕਿ ਤੁਹਾਡੇ ਭਗਵੰਤ ਮਾਨ ਦੇ ਨਾਲ ਤੁਹਾਡੀ ਅਨਅਨਾਊਂਸਡ ਜਿਹੜਾ ਅਲਾਇੰਸ ਚੱਲ ਰਿਹਾ ਵਾ, ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲੱਗ ਅਲੱਗ ਚੋਣ ਲੜ ਰਹੀ ਹੈ, ਸ਼ਾਇਦ ਲੋਕਾਂ ਨੂੰ ਪਤਾ ਜਾਂ ਨਹੀਂ ਪਤਾ, ਇਹਦੇ ਉੱਤੇ ਗੌਰ ਕਰਨ ਕਿ ਪੂਰੇ ਦੇਸ਼ ਦੇ ਵਿੱਚ ਆਪਦਾ ਅਤੇ ਕਾਂਗਰਸ ਦਾ ਗੱਠਜੋੜ ਆ, ਪਰ ਇੱਥੇ ਭਗਵੰਤ ਮਾਨ ਜਿੱਦ ਕਰਕੇ ਅੱਡ ਚੋਣ ਲੜ ਰਿਹਾ, ਕਿਉਂਕਿ ਵੋਟ ਜਿਹੜੀ ਉਹ ਚਾਰ ਹਿੱਸਿਆਂ ਦੇ ਵਿੱਚ ਵੰਡੀ ਜਾਵੇ, ਔਰ BJP ਦਾ ਖਾਤਾ ਖੁੱਲ੍ਹੇ, BJP ਦੇ ਪੈਰ ਜੰਮਣ ਪੰਜਾਬ ਦੇ ਵਿੱਚ, ਔਰ BJP ਜਿਹੜੀਆਂ ਸੀਟਾਂ ਜਿੱਤ ਕੇ ਖੜੇ। ਕੇਜਰੀਵਾਲ ਨੂੰ ਦਿੱਤਾ 100 ਕਰੋੜ ਰੁਪਈਏ ਘਪਲੇ ਦੇ ਵਿੱਚ ਤੁਸੀਂ ਅੰਦਰ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ 1000 ਕਰੋੜ ਘਪਲਿਆਂ ਦੇ ਦੋਸ਼ ਥਾ, ਇੱਥੇ ਇਕੱਲੇ ਇਕੱਲੇ ਮੰਤਰੀ ਦੇ ਉੱਤੇ ਉਹਦੇ, ਇਕੱਲੇ ਇਕੱਲੇ MLA ਦੇ ਉੱਤੇ 1000-1000 ਕਰੋੜ ਰੁਪਈਏ ਦਾ ਘਪਲਾ ਵਾ, ਉਹਨਾਂ ਨੂੰ ਤੁਸੀਂ ਕਿਉਂ ਆਪਣੇ ਨਾਲ ਲਾ ਲਿਆ? ਕਿ ਇਹ ਤੁਹਾਡੀ ਦੇਸ਼ ਦੇ ਪ੍ਰਤੀ ਇਮਾਨਦਾਰੀ ਆ? ਇਹ ਤੁਹਾਡੀ ਦੇਸ਼ ਦੇ ਪ੍ਰਤੀ ਸੋਚ ਆ? ਆਹ ਪੰਜਾਬ ਦੇ ਪ੍ਰਤੀ ਤੁਹਾਡਾ ਦਰਦ ਹੈ ਮੋਦੀ ਸਾਹਿਬ? ਜੇ ਪੰਜਾਬੀਆਂ ਨੂੰ ਤੁਸੀਂ ਵਿਖਾਉਂਦੇ ਹੋ ਨਾ ਵੀ ਗੁਰੂਆਂ ਦੇ ਬੜੇ ਤੁਸੀਂ ਸੋਹਲੇ ਗਾਉਂਦੇ ਹੋ, ਜੇ ਸੱਚੇ ਮਹਿਣੇ ਦੇ ਵਿੱਚ ਤੁਸੀਂ
ਗੁਰੂ ਗੋਬਿੰਦ ਸਿੰਘ ਦਾ ਦਿਵਸ ਮਨਾਉਂਦੇ ਹੋ, ਉਹਨਾਂ ਦੇ ਪਾਸ਼ਕ ਹੋ, ਸਾਹਿਬਜ਼ਾਦਿਆਂ ਦੇ ਪਾਸ਼ਕ ਹੋ, ਅਤੇ ਫਿਰ ਇਹਦੇ ਪ੍ਰਤੀ ਨੀਅਤ ਵੀ ਸਾਫ਼ ਰੱਖੋ। ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੇ ਪ੍ਰਤੀ ਕਹਿੰਦੇ ਆ ਨਾ ਕਿ ਤਾ ਉਮਰ, ਬਸ ਇਹੀ ਸਬਕ ਯਾਦ ਰੱਖੀਏ, ਇਸ਼ਕ ਔਰ ਇਬਾਦਤ ਮੇਂ ਨੀਅਤ ਸਾਫ਼ ਰੱਖੀਏ। ਕੋਈ ਬੰਦਾ ਇਕੱਲਾ ਕਰਨ ਵਾਲਾ ਕੁਛ ਨਹੀਂ ਹੁੰਦਾ, ਅਤੇ ਜੇ ਕਿਸੇ ਨੂੰ ਹੰਕਾਰ ਆ ਜਾਵੇ, ਜਿਵੇਂ ਮੋਦੀ ਸਾਹਿਬ ਨੂੰ ਆ ਗਿਆ, ਤਾਂ ਉਹਨਾਂ ਨੂੰ ਮੈਂ ਇੱਕ ਗੱਲ ਕਹੂੰਗਾ ਕਿ ਆਪ ਬਸ ਕਿਰਦਾਰ ਹੈ, ਆਪਣੀ ਹਦੇ ਪਹਿਚਾਨੀਏ, ਵਰਨਾ ਏਕ ਦਿਨ ਕਹਾਣੀ ਸੇ ਨਿਕਾਲੇ ਜਾਏਂਗੇ। ਤੁਹਾਡੇ ਤੋਂ ਬਾਅਦ ਜੇ ਤੁਸੀਂ ਇਹੋ ਜਿਹਾ ਹੰਕਾਰ ਤੁਹਾਡੇ ਮਨ 'ਚ ਆਊਗਾ, ਤਾਂ ਤੁਹਾਡੇ ਤੋਂ ਪਹਿਲਾਂ ਵੀ ਬੜੇ ਰਾਜੇ ਮਹਾਰਾਜੇ ਆਏ ਆ ਜਿਨ੍ਹਾਂ ਦੇ ਅਨੁਸਾਰ ਦੇਸ਼ ਚੱਲਦਾ ਸੀਗਾ, ਅਤੇ ਤੁਹਾਡੇ ਤੋਂ ਬਾਅਦਾਂ ਵੀ ਬੜੇ ਆਉਣੇ ਆ। ਹੁਣ ਗੱਲ ਕਰਦੇ ਹਾਂ ਧਰਮ ਨੂੰ ਛੱਡ ਕੇ ਦੇਸ਼ ਦੀ ਪ੍ਰਤੀ ਜਿਹੜੀ ਵਫਾਦਾਰੀ ਆ ਮੋਦੀ ਸਰਕਾਰ ਦੀ, ਧੱਕੇਸ਼ਾਹੀਆਂ ਦੀ, ਉਹਨਾਂ ਦੇ ਉੱਤੇ ਅੱਜ ਮੇਰਾ ਜ਼ਿਕਰ ਕਰਨ ਦਾ ਮਨ ਸੀਗਾ। ਮੈਂ ਨਹੀਂ ਸਮਝਦਾ ਕਿ ਮੇਰੇ ਬੋਲ ਮੋਦੀ ਸਾਹਿਬ ਤੱਕ ਪਹੁੰਚਣੇ ਆ, ਅਮਿਤ ਸ਼ਾਹ ਤੱਕ ਹੋਣਾ ਪਹੁੰਚਣੇ ਆ, ਪਰ ਮੈਂ ਲੋਕਾਂ ਨੂੰ ਕਹਿੰਦਾ, ਜਦੋਂ ਤੁਹਾਡੇ ਵਿੱਚ ਇਹਨਾਂ ਦੀ ਪਾਰਟੀ ਦੇ ਕੈਂਡੀਡੇਟ ਆਉਂਦੇ ਆ, ਉਮੀਦਵਾਰ ਆਉਂਦੇ ਆ ਦੇਸ਼ 'ਚ ਇਲੈਕਸ਼ਨ ਲੜ ਰਹੇ ਆ, ਤੇ ਇਹਨਾਂ ਨੂੰ ਕੋਈ ਸਵਾਲ ਤੇ ਕਰੋ, ਇਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਜਵਾਬਦੇਹੀ ਤੇ ਤੈਅ ਕਰੋ। ਜਦੋਂ ਕੋਈ ਵੀ ਤੁਹਾਡੀ ਵਿਰੋਧੀ ਪਾਰਟੀ 'ਚ ਹੋਵੇ ਮੋਦੀ ਸਾਹਿਬ, ਤੇ ਮੇਰਾ ਖਿਆਲ ਆ ਉਹ ਦੇਸ਼ ਦਾ ਸਭ ਤੋਂ ਵੱਡਾ ਚੋਰ ਹੁੰਦਾ ਵਾ, ਸਭ ਤੋਂ ਵੱਡਾ ਉਹ ਦੇਸ਼ ਧਰੋਹੀ ਹੁੰਦਾ ਵਾ, ਤੇ ਜਦੋਂ ਤੁਹਾਡੇ ਨਾਲ ਆ ਜਾਂਦਾ ਤੇ ਫਿਰ ਉਹਦੇ ਵਰਗਾ ਪਰਮਾਤਮਾ ਹੀ ਕੋਈ ਨਹੀਂ ਹੁੰਦਾ। ਸੋ ਇਹ ਸਾਰੀ ਡਿਟੇਲ ਆ ਮੇਰੇ ਕੋਲ ਸੀਗੀ, ਜਿਹੜੀ ਮੈਂ ਬੜੀ ਪੜ੍ਹਨ ਲਿਆ ਸੀ 2-3 ਦਿਨ ਤੋਂ, ਇਹਦੇ ਉੱਤੇ ਜਿੰਨਾ ਕੁ ਮੈਨੂੰ ਲੱਭਿਆ, ਜਿੰਨਾ ਕੁ ਮੈਨੂੰ ਮਿਲਿਆ, ਜਿੰਨਾ ਕੁ ਇਹ ਕਾਗਜ਼ਾਂ ਦੇ ਵਿੱਚ ਲਿਖਿਆ ਵਾ, ਕਿ ਸਭ ਤੋਂ ਪਹਿਲਾਂ ਮੈਂ ਗੱਲ ਕਰਨ ਲੱਗਾ ਅਜੀਤ ਪਵਾਰ, ਜਿਹੜੇ ਮਹਾਰਾਸ਼ਟਰ ਦੇ ਨਾਲ ਸੰਬੰਧ ਰੱਖਦੇ ਨੇ। ਜਦੋਂ ਵਿਰੋਧੀ ਪਾਰਟੀ ਸੀਗੇ, ਤੁਸੀਂ ਉਹਨਾਂ ਨੂੰ ਕਹਿੰਦੇ ਸੀਗੇ, ਤੁਹਾਡੀ ਪਾਰਟੀ ਉਹਨਾਂ ਨੂੰ ਕਹਿੰਦੀ ਸੀਗੀ, 70,000 ਕਰੋੜ ਰੁਪਈਆ ਇਹ ਬੰਦਾ ਦੇਸ਼ ਦਾ ਖਾ ਗਿਆ ਇਰੀਗੇਸ਼ਨ ਦੇ ਵਿੱਚ ਤੇ ਕੋਆਪਰੇਟਿਵ ਸੁਸਾਇਟੀਆਂ ਦੇ ਘਪਲੇ ਦੇ ਵਿੱਚ, ਔਰ 9 ਕੇਸ ਚੱਲੇ ਉਸ ਬੰਦੇ ਦੇ ਖਿਲਾਫ, ਤੇ ਜਦੋਂ ਤੁਹਾਡੇ ਨਾਲ ਆ ਗਿਆ ਤੇ 9 ਦੇ 9 ਕੇਸ ਜਿਹੜੇ ਉਹਦੇ ਬੰਦ ਹੋ ਗਏ, ਔਰ ਅੱਜ ਤੁਸੀਂ ਉਹਨੂੰ ਡਿਪਟੀ CM ਜਿਹੜਾ ਮਹਾਰਾਸ਼ਟਰ ਦਾ ਬਣਾ ਕੇ ਨਵਾਜਿਆ ਹੋਇਆ ਵਾ, ਉਹਦੇ ਅੱਗੇ ਆਓ, ਉਹਦੀ ਪਤਨੀ, ਅਜੀਤ ਪਵਾਰ ਦੀ ਪਤਨੀ ਦੇ ਉੱਤੇ ਦੋਸ਼ ਲੱਗੇ 25,000 ਕਰੋੜ ਰੁਪਈਏ ਦੇ ਸਕੈਂਡਲ ਦੇ ਘਪਲੇ ਦੇ, ਤੇ ਆ 2-3 ਦਿਨ ਪਹਿਲਾਂ ਅਖਬਾਰ ਦੇ ਵਿੱਚ ਸੀਗਾ, ਤੁਸੀਂ ਉਹਦੀ ਇਨਕੁਆਇਰੀ ਵੀ ਬੰਦ ਕਰ ਦਿੱਤੀ। ਕੀ ਦੇਸ਼ ਪ੍ਰਤੀ ਇਹ ਤੁਹਾਡੀ ਇਮਾਨਦਾਰੀ ਹੈ? ਤੁਹਾਨੂੰ ਕੋਈ ਸਵਾਲ ਨਹੀਂ ਕਰਦਾ, ਆਪਾਂ ਸਿਰਫ ਧਰਮ ਦੀ ਆੜ ਦੇ ਵਿੱਚ, ਰਾਮ ਮੰਦਿਰ ਦੀ ਆੜ ਦੇ ਵਿੱਚ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨੰਬਰ 2, ਨਵੀਨ ਜਿੰਦਲ, ਜਿਹਨੂੰ ਹੁਣ ਤੁਸੀਂ ਟਿਕਟ ਦਿੱਤੀ ਹਰਿਆਣੇ ਤੋਂ, 2014 ਦੇ ਵਿੱਚ ਤੁਸੀਂ ਉਹਨੂੰ ਨਾਮ ਦਿੱਤਾ ਸੀਗਾ ਮੋਦੀ ਸਾਹਿਬ ਕੋਲਾ ਚੋਰ, ਕਿ ਦੇਸ਼ ਦਾ ਕੋਲਾ ਖਾ ਗਿਆ। 2014 ਤੋਂ ਬਾਅਦ ਉਹਦੇ ਉੱਤੇ ਕਈ ਵਾਰੀ ED ਦੇ ਰੇਡ ਹੋਏ, ਉਹਦੇ ਉੱਤੇ ਚਾਰਜਸ਼ੀਟ ਫਾਈਲ ਹੋਈ, FIR ਦਰਜ ਹੋਈ। 2014 ਦੇ ਵਿੱਚ ਮਨੀ ਲਾਂਡਰਿੰਗ ਦਾ ਉਹਦੇ ਉੱਤੇ ਕੇਸ ਦਰਜ ਕੀਤਾ ਗਿਆ। 2019 ਦੇ ਵਿੱਚ ਉਹਦੇ ਉੱਤੇ ਚਾਰਜ ਫਰੇਮ ਹੋ ਜਾਂਦੇ ਇਸ ਕੇਸ ਦੇ ਵਿੱਚ। 2022 ਦੇ ਵਿੱਚ ਵਿਦੇਸ਼ੀ ਮੁਦਰਾ, ਫੋਰਨ ਕਰੰਸੀ ਦਾ ਪਰਚਾ ਉਹਦੇ ਉੱਤੇ ਦਰਜ ਹੋਇਆ, ਤੇ ਉਹਦੇ ਉੱਤੇ ਰੇਡ ਹੁੰਦੇ ਨੇ, ਤੇ ਸ਼ਾਮਲ ਹੋਣੋ ਤੁਹਾਡੇ ਨਾਲ ਹੋ ਗਿਆ, 1 ਮਹੀਨਾ ਹੋਇਆ ਉਹਨੂੰ ਸ਼ਾਮਲ ਹੋਏ ਨੂੰ, ਤੇ ਉਹ ਹੁਣ ਮਤਲਬ ਧਰਮਾਤਮਾ ਬਣ ਗਿਆ। 2019 ਤੋਂ ਹੁਣ ਤੱਕ 72.5 ਕਰੋੜ ਰੁਪਈਆ ਉਹਨੇ ਤੁਹਾਡੀ ਪਾਰਟੀ ਨੂੰ ਫੰਡ ਦਿੱਤਾ, ਉਦੋਂ ਵੀ ਜਦੋਂ ਉੱਤੇ ਦੋਸ਼ ਲੱਗਦੇ ਸੀਗੇ, ਜਦੋਂ ਤੁਸੀਂ ਉਹਨੂੰ ਚੋਰ ਸਮਝਦੇ ਸੀਗੇ, ਜਦੋਂ ਉਹਦੇ ਖਿਲਾਫ਼ BJP ਧਰਨੇ ਦਿੰਦੀ ਸੀ, ਫੰਡ ਆਪਾਂ ਉਹਦੇ ਕੋਲ ਉਦੋਂ ਵੀ ਲੈਂਦੇ ਰਹੇ, ਬਤੌਰ ਦੋਸ਼ੀ ਵੀ ਉਹ ਤੁਹਾਨੂੰ ਫੰਡ ਦਿੰਦਾ ਰਿਹਾ, ਤੇ ਅੱਜ ਤੁਸੀਂ ਉਹਨੂੰ ਟਿਕਟ ਦੇ ਕੇ ਨਵਾਜਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪ ਮੰਨਦੇ ਸੀਗੇ TV ਚੈਨਲ ਦੇ ਉੱਤੇ ਕਿ ਮੇਰੇ ਮੰਤਰੀ ਤੇ ਮੇਰੇ MLA ਭ੍ਰਿਸ਼ਟ ਆ, ਉਹਨਾਂ ਦੇ ਖਿਲਾਫ਼ ਮੈਨੂੰ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ, ਤੇ ਫਿਰ ਤੁਸੀਂ ਉਹਨਾਂ ਨੂੰ ਨਾਲ ਕੋ ਲਾ ਲਿਆ, ਉਹਨਾਂ ਨੂੰ ਉਹਨਾਂ ਦਾ ਦਾਇਤਵ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਦਾਇਤਵ ਬਣਦਾ ਸੀਗਾ, ਦਾਇਤਵ ਜਿਹਨੂੰ ਫਰਜ਼ ਕਹਿੰਦੇ ਪੰਜਾਬੀ ਦੇ ਵਿੱਚ, ਉਹ ਬਣਦਾ ਸੀਗਾ, ਜ਼ਿੰਮੇਵਾਰੀ ਬਣਦੀ ਸੀਗੀ ਉਹਦੇ ਵਿੱਚ, ਤੇ ਜੇ ਉਹਨਾਂ ਕਤਾਈ ਕੀਤੀ ਤੇ ਉਹਨੂੰ ਤੁਸੀਂ ਨਾਲ ਲਾ ਲਿਆ, ਤੇ ਜੇ ਹਿੰਮਤ ਬਿਸਵਾ ਤੁਹਾਡੇ ਨਾਲ ਆ ਗਿਆ ਤੇ ਉਹ ਦੋਤੋ ਤੋ ਗਿਆ, ਤੇ ਮੁੱਖ ਮੰਤਰੀ ਇਕੱਲਾ ਚੋਰ ਹੋ ਗਿਆ। ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਲੱਖਾਂ ਕਰੋੜਾਂ ਰੁਪਈਆ ਲੁੱਟਿਆ, ਖਾਧਾ,
ਆਪਣੇ ਸਾਥੀਆਂ ਨੂੰ ਲਟਾਇਆ ਤੇ ਉਹਨਾਂ ਨੂੰ ਸਜਾਵਾਂ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਆਪਣੇ ਸਾਥੀ ਬਣਾ ਲਿਆ। ਮਨਮਰਜ਼ੀ ਦੇ ਮਾਲਕ ਹੋ ਨਾ, ਪਹਿਲਾਂ ਤੇ ਗਦਾਰੀਆਂ ਦੇ ਆਪਣੀਆਂ ਪਾਰਟੀਆਂ ਛੱਡ ਕੇ ਆਉਂਦੇ ਆ। ਪਹਿਲਾਂ ਤੇ ਲੋਕਾਂ ਨੂੰ ਸਜ਼ਾ ਮਿਲਦੀ ਸੀ ਵੀ ਉਹਨਾਂ ਚਿਰ ਜਿੰਨਾ ਚਿਰ ਬਰੀ ਨਹੀਂ ਹੁੰਦੇ ਉਹਨਾਂ ਨੂੰ ਕੋਈ ਟਿਕਟ ਨਹੀਂ ਦੇਣੀ, ਕੋਈ ਅਹੁਦਾ ਨਹੀਂ ਦੇਣਾ। ਅੱਜ ਕੱਲ੍ਹ ਦਲ ਬਦਲੂਆਂ ਨੂੰ ਤੇ ਵੱਡੇ ਚੋਰਾਂ ਨੂੰ ਅੱਜ ਕੱਲ੍ਹ ਟਿਕਟਾਂ ਦੀ ਜਿਹੜਾ ਮਾਪਦੰਡ ਹੈ ਉਹ ਤੈਅ ਕੀਤਾ ਜਾਂਦਾ ਵੀ ਬੰਦੇ ਨੇ ਕਰਪਸ਼ਨ ਕਿੰਨੀ ਕੀਤੀ ਹੈ, ਬੰਦੇ ਨੇ ਗੁੰਡਾਗਰਦੀ ਕਿੰਨੀ ਕੀਤੀ ਹੈ, ਬੰਦੇ ਨੇ ਦੇਸ਼ ਨੂੰ ਲੁੱਟਿਆ ਕਿਸ ਤਰ੍ਹਾਂ, ਗੱਦਾਰੀ ਕਿੰਨੀ ਕੀਤੀ ਹੈ, ਪਾਰਟੀਆਂ ਕਿੰਨੀਆਂ ਚੇਂਜ ਕੀਤੀਆਂ, ਤੇ ਉਹਦੇ ਬਦਲੇ ਉਹਨੂੰ ਸਨਮਾਨ ਦਿੱਤਾ ਜਾਂਦਾ। ਉਹ ਕਹਿੰਦੇ ਆ ਨਾ ਕਿ ਹਾਕਮੇ ਵਕਤ, ਹਾਕਮੇ ਵਕਤ ਉਤਰ ਆਇਆ ਹੈ ਅਦਾਕਾਰੀ ਪਰ, ਲੋਕ ਮਜਬੂਰ ਹੈ ਜ਼ਾਲਮ ਕੀ ਤਰਫਦਾਰੀ ਪਰ, ਕੱਲ ਇਸੀ ਜੁਰਮ ਪੇ ਸਰ ਕਾਟ ਦੀਏ ਜਾਤੇ ਥੇ, ਆਜ ਇਜਾਜ਼ ਦੀਆ ਜਾਤਾ ਹੈ ਗੱਦਾਰੀ ਪਰ। ਅੱਜ ਜਿਹੜਾ ਲੁੱਟਦਾ ਹੈ, ਜਿਹੜਾ ਗੱਦਾਰੀ ਕਰਦਾ, ਉਹਨਾਂ ਨੂੰ ਸਨਮਾਨ ਮਿਲਦਾ, ਉਹਨਾਂ ਦੇ ਗੱਲ ਦੇ ਵਿੱਚ ਹਾਰ ਪਾਏ ਜਾਂਦੇ ਨੇ। ਨੰਬਰ 8, ਤੁਸੀਂ ਕੇਜਰੀਵਾਲ ਨੂੰ ਫੜਿਆ ਸ਼ਰਾਬ ਨੀਤੀ ਦੇ ਵਿੱਚ ਵੀ 100 ਕਰੋੜ ਰੁਪਈਏ ਦਾ ਘਪਲਾ ਆਇਆ, ਕੇਸ ਬਣਾਇਆ ਕਿ ਗੋਆ ਇਲੈਕਸ਼ਨ ਦੇ ਵਿੱਚ 70 ਲੱਖ ਰੁਪਈਆ ਜਿਹੜਾ ਵਾ ਉਹ ਵਲੰਟੀਅਰਾਂ ਨੂੰ ਦਿੱਤਾ ਗਿਆ, ਔਰ ਉਹਦੇ ਵਿੱਚ ਜਿਹੜੇ ਬਿਆਨ ਹੋਏ ਉਹ ਕਿਹਦੇ ਹੁੰਦੇ ਨੇ, ਆਂਧਰਾ ਪ੍ਰਦੇਸ਼ ਦਾ ਜਿਹੜਾ CM ਰੈਡੀ ਹੈ TDP ਪਾਰਟੀ ਦਾ, ਉਹਦਾ ਇੱਕ ਸੰਸਦ ਸੀਗਾ ਜਿਹੜਾ ਅਰਵਿੰਦੋ ਫਾਰਮਾ ਦਾ ਮਾਲਕ ਹੈ ਪੀ ਸ਼ਰਦ ਚੰਦਰ ਰੈਡੀ, ਉਹਨੇ ਪੈਸੇ ਦਿੱਤੇ ਜਿਹੜੇ 70 ਲੱਖ ਰੁਪਈਆ ਵਾ, ਔਰ ਉਸ ਕੇਸ ਦੇ ਵਿੱਚ ਉਹ ਜੇਲ੍ਹ ਗਿਆ ਜਿਹੜਾ ਸੰਸਦ ਸੀਗਾ, ਤੇ ਹੁਣ ਉਹ TDP ਤੇ BJP ਦਾ ਗੱਠਜੋੜ ਹੋ ਜਾਂਦਾ, ਤੇ ਅੱਜ ਉਹ ਤੁਹਾਡੇ ਵੱਲੋਂ ਸਰਕਾਰੀ ਗਵਾਹ ਬਣ ਕੇ ਆ ਗਿਆ, ਅੱਜ ਉਹ ਦੁੱਧ ਧੋਤਾ ਹੋ ਗਿਆ, ਉਸ ਬੰਦੇ ਨੂੰ ਬਾਹਰ ਕੱਢ ਲਿਆ। ਗੱਲ ਇਹ ਨਹੀਂ ਵੀ ਕੇਜਰੀਵਾਲ ਨੇ ਕਰਪਸ਼ਨ ਕੀਤੀ ਕਿ ਨਹੀਂ ਕੀਤੀ, ਮੈਂ ਇਹਦੇ ਉੱਤੇ ਕੁਛ ਨਹੀਂ ਕਹਿਣਾ ਚਾਹੁੰਦਾ, ਜੇ ਦੇਸ਼ ਦਾ ਚੋਰ ਆ ਤਾਂ ਠੀਕ ਆ, ਉਹਨੂੰ ਅੰਦਰ ਦਿੱਤਾ ਗਿਆ, ਪਰ ਜਿਸ ਸ਼ਰਾਬ ਨੀਤੀ ਦੇ ਤਹਿਤ ਉਹ ਅੰਦਰ ਗਿਆ, ਤੁਹਾਡੇ ਹੀ ਕੈਂਡੀਡੇਟ, ਆ ਵੀ ਸੁਣਾਉਣ ਲੱਗਾ ਤੁਹਾਨੂੰ, ਤੁਹਾਡੇ ਹੀ ਅੰਮ੍ਰਿਤਸਰ ਤੋਂ ਕੈਂਡੀਡੇਟ ਆ ਤਰਨਜੀਤ ਸਿੰਘ ਸੰਧੂ, ਇਹ ਸੁਣੋ ਉਹਦੇ ਬਾਰੇ ਕੀ ਕਹਿ ਰਹੇ ਆ ਸ਼ਰਾਬ ਨੀਤੀ ਦੇ ਬਾਰੇ। 2 ਸਾਲ ਤੋਂ ਹੋ ਗਏ ਸਰਕਾਰ ਨੂੰ, ਤੇ ਜਿਹੜੇ ਇਸ਼ੂ ਚ ਕੇਜਰੀਵਾਲ ਫਸਿਆ ਹੋਇਆ ਉਹ ਪੰਜਾਬ ਵੀ ਹੋਏ ਨੇ, ਇੱਕ ਕਿ ਜਿਹੜੇ ਇਸ਼ੂ ਦੇ ਵਿੱਚ ਕੇਜਰੀਵਾਲ ਅੰਦਰ ਗਿਆ ਵਾ ਉਹ ਇਸ਼ੂ ਸੇਮ ਪੰਜਾਬ ਦੇ ਵਿੱਚ ਵੀ ਹੈ, ਤੇ ਫਿਰ ਪੰਜਾਬ ਸਰਕਾਰ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕਿਉਂਕਿ ਤੁਹਾਡੇ ਭਗਵੰਤ ਮਾਨ ਦੇ ਨਾਲ ਤੁਹਾਡੀ ਅਨਅਨਾਊਂਸਡ ਜਿਹੜਾ ਅਲਾਇੰਸ ਚੱਲ ਰਿਹਾ ਵਾ, ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਅਲੱਗ ਅਲੱਗ ਚੋਣ ਲੜ ਰਹੀ ਹੈ, ਸ਼ਾਇਦ ਲੋਕਾਂ ਨੂੰ ਪਤਾ ਜਾਂ ਨਹੀਂ ਪਤਾ, ਇਹਦੇ ਉੱਤੇ ਗੌਰ ਕਰਨ ਕਿ ਪੂਰੇ ਦੇਸ਼ ਦੇ ਵਿੱਚ ਆਪਦਾ ਤੇ ਕਾਂਗਰਸ ਦਾ ਗੱਠਜੋੜ ਆ, ਪਰ ਇੱਥੇ ਭਗਵੰਤ ਮਾਨ ਜਿੱਦ ਕਰਕੇ ਅੱਡ ਚੋਣ ਲੜ ਰਿਹਾ, ਕਿਉਂਕਿ ਵੋਟ ਜਿਹੜੀ ਉਹ 4 ਹਿੱਸਿਆਂ ਦੇ ਵਿੱਚ ਵੰਡੀ ਜਾਵੇ, ਔਰ BJP ਦਾ ਖਾਤਾ ਖੁੱਲ੍ਹੇ, BJP ਦੇ ਪੈਰ ਜੰਮਣ ਪੰਜਾਬ ਦੇ ਵਿੱਚ, ਔਰ BJP ਜਿਹੜੀਆਂ ਸੀਟਾਂ ਜਿੱਤ ਕੇ ਖੜੇ। ਕੇਜਰੀਵਾਲ ਨੂੰ ਦਿੱਤਾ 100 ਕਰੋੜ ਰੁਪਈਏ ਘਪਲੇ ਦੇ ਵਿੱਚ ਤੁਸੀਂ ਅੰਦਰ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ 1000 ਕਰੋੜ ਘਪਲਿਆਂ ਦੇ ਦੋਸ਼ ਥਾ, ਇੱਥੇ ਇਕੱਲੇ ਇਕੱਲੇ ਮੰਤਰੀ ਦੇ ਉੱਤੇ ਉਹਦੇ, ਇਕੱਲੇ ਇਕੱਲੇ MLA ਦੇ ਉੱਤੇ 1000 ਕਰੋੜ ਰੁਪਈਏ ਦਾ ਘਪਲਾ ਵਾ, ਉਹਨਾਂ ਨੂੰ ਤੁਸੀਂ ਕਿਉਂ ਆਪਣੇ ਨਾਲ ਲਾ ਲਿਆ? ਕਿ ਇਹ ਤੁਹਾਡੀ ਦੇਸ਼ ਦੇ ਪ੍ਰਤੀ ਇਮਾਨਦਾਰੀ ਆ? ਇਹ ਤੁਹਾਡੀ ਦੇਸ਼ ਦੇ ਪ੍ਰਤੀ ਸੋਚ ਆ? ਫਿਰ ਸਾਰਿਆਂ ਨੂੰ ਇੱਕੇ ਰੱਸੇ ਚੜਾਓ ਨਾ, ਇਹ ਨਹੀਂ ਕਿ ਜਿਹੜਾ ਤੁਹਾਨੂੰ ਚੰਗਾ ਲੱਗਦਾ, ਜਿਹੜਾ ਤੁਹਾਡੇ ਨਾਲ ਆ ਗਿਆ ਉਹਨੂੰ ਮਾਫੀ ਆ, ਜਿਹੜਾ ਤੁਹਾਡੇ ਉਲਟਿਆ ਤੇ ਉਹ ਬੜਾ ਵੱਡਾ ਚੋਰ ਆ। ਸੋ ਮੈਂ 4 ਲੜਾ ਤੁਹਾਨੂੰ ਕਹਿਣ ਲੱਗਾ ਮੋਦੀ ਸਾਹਿਬ ਕਿ ਕਰਪਸ਼ਨ ਕੇ ਖਿਲਾਫ ਇਹ ਅਭਿਆਨ ਚਲਾ ਦਿਓ, ਕਰਪਸ਼ਨ ਕੇ ਖਿਲਾਫ ਇਹ ਅਭਿਆਨ ਚਲਾ ਦਿਓ, ਕੇਜਰੀਵਾਲ ਔਰ ਮਨੀਸ਼ ਸਿਸੋਦੀਏ ਕੀ ਹਸਤੀ ਕੋ ਮਿਟਾ ਦਿਓ, ਇਨਸਾਫ ਹੋ ਰਿਹਾ ਹੈ ਤੋ ਇਨਸਾਫ ਖੁੱਲ ਕੇ ਹੋ, ਨਵੀਨ ਜਿੰਦਲ ਔਰ ਅਜੀਤ ਪਵਾਰ ਔਰ ਭਗਵੰਤ ਮਾਨ ਕੋ ਵੀ ਸੂਲੀ ਪੇ ਚੜਾ ਦਿਓ, ਉਹਨਾਂ ਨੂੰ ਆਪਾਂ ਕੋਈ ਛੱਡਿਆ, ਸੇਮ ਸ਼ਰਾਬ ਪਾਲਿਸੀ ਇੱਥੇ ਆ, ਫਿਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ? ਕਿਉਂਕਿ ਅੰਦਰੇ ਅੰਦਰ ਆਪਣੀ ਪਾਰਟੀ ਦੀਆਂ ਤੇ ਪੰਜਾਬ ਦੀਆਂ ਜੜ੍ਹਾਂ ਵੱਢ ਕੇ ਤੇ ਤੁਹਾਡੀ ਝੋਲੀ ਦੇ ਵਿੱਚ ਪਾ ਰਹੇ ਆ। ਸਵਾਲ ਇਹ ਹੈ ਕਿ ਕੇਵਲ ਜਿਹੜੇ ਵਿਰੋਧੀ ਆ ਜਾਂ ਜਿਹੜੇ ਵਿਰੋਧੀ ਪਾਰਟੀਆਂ ਵਾ ਜਾਂ ਜਿਹੜੀਆਂ ਸਟੇਟਾਂ ਦੇ ਵਿੱਚ ਗੈਰ ਭਾਜਪਾ ਦੀ ਸਰਕਾਰ ਆ,
ਕਰਪਸ਼ਨ ਸਿਰਫ ਉੱਥੇ ਹੀ ਆ, ਚੋਰੀ ਸਿਰਫ ਉੱਥੇ ਹੀ ਆ। ਬੀਜੇਪੀ ਦੀ ਕਿਸੇ ਸਟੇਟ ਦੇ ਵਿੱਚ ਵੀ ਕਰਪਸ਼ਨ ਨਹੀਂ ਹੈਗੀ, ਬੀਜੇਪੀ ਦੀ ਕਿਸੇ ਵੀ ਸਟੇਟ ਦੇ ਵਿੱਚ ਚੋਰੀ ਨਹੀਂ ਹੈਗੀ। ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ, ਉਹਨਾਂ ਨੂੰ ਨਾਲ ਕਿਉਂ ਲਾ ਕੇ ਰੱਖਿਆ ਜਾਂਦਾ? ਕਿਉਂਕਿ ਤਾਕਤ ਸਾਰੀ ਤੁਹਾਡੇ ਕੋਲ ਹੈ। ਕਹਿੰਦੇ ਆ ਨਾ, ਗਰੀਬ ਲਹਿਰੋਂ ਪੇ ਬਿਠਾਏ ਜਾਤੇ ਹੈ ਪਹਿਰੇ, ਗਰੀਬ ਲਹਿਰੋਂ ਪੇ ਬਿਠਾਏ ਜਾਤੇ ਹੈ ਪਹਿਰੇ, ਸਮੁੰਦਰੋਂ ਕੀ ਤਲਾਸ਼ੀ ਕੋਈ ਨਹੀਂ ਲੇਤਾ। ਲਿਸਟ ਬੜੀ ਲੰਮੀ ਹੈ। ਪ੍ਰਤਾਪ ਸਰਨਾਇਕ ਨੂੰ ਤੁਸੀਂ ਛੱਡਿਆ, ਲੰਬਾ ਕਿਸੇ ਨੇ ਪੋਸਟਰ ਤੁਹਾਡਾ ਜਾਰੀ ਕੀਤਾ ਸੀਗਾ ਕਿ ਜਿਹੜੇ ਜਿਹੜੇ ਬੰਦੇ ਕਰਪਟ ਸੀਗੇ ਜਦੋਂ ਤੁਹਾਡੇ ਨਾਲ ਆ ਗਏ ਤੇ ਦੋ ਧੋਤੇ ਹੋ ਗਏ। ਅੱਗੇ ਆ ਜਾਓ ਤੁਸੀਂ, ਸੁਜਾਨ ਚੌਧਰੀ, ਜਸ਼ਵੰਤ, ਇਹ ਸਾਰੇ ਇਹੋ ਜਿਹੇ ਕਿੰਨੇ ਹੀ ਬੰਦੇ ਸੀਗੇ ਜਿਨ੍ਹਾਂ ਨੂੰ ਤੁਸੀਂ ਨਾਲ ਮਿਲਾ ਲਿਆ। ਹੋਰ ਤੇ ਹੋਰ, ਸੁਪਰੀਮ ਕੋਰਟ ਦੇ ਕਹਿਣ ਦੇ ਉੱਤੇ ਵੱਖ ਵੱਖ ਪਾਰਟੀਆਂ ਵੱਲੋਂ ਫੰਡ ਦੇ ਤੌਰ ਦੇ ਉੱਤੇ ਲਏ ਗਏ ਇਲੈਕਟਰਲ ਬੌਂਡ, ਜਿਨ੍ਹਾਂ ਨੂੰ ਕਿਹਾ ਜਾਂਦਾ ਜਦੋਂ ਦੀ ਲਿਸਟ ਜਾਰੀ ਹੋਈ, ਤੇ ਬੀਜੇਪੀ ਨੂੰ 12,930 ਕਰੋੜ ਰੁਪਈਏ ਦੇ ਕਰੀਬ ਜਿਹੜਾ ਫੰਡ ਇਕੱਠਾ ਹੋਇਆ, ਔਰ ਉਹਨਾਂ ਫਰਮਾਂ ਵੱਲੋਂ ਵੀ ਪੈਸੇ ਆਏ ਜਿਨ੍ਹਾਂ ਦੇ ਉੱਤੇ ED ਰੇਡ ਕਰਦੀ ਸੀ। ਔਰ ਫਿਰ ਉਹ ਰੇਡ ਦਾ ਕੀ ਬਣਿਆ ਕਿ ਉਹਨਾਂ ਫਰਮਾਂ ਦੇ ਉੱਤੇ ਪਰਚੇ ਦਿੱਤੇ ਗਏ ਜਾਂ ਤੁਹਾਨੂੰ ਫੰਡ ਦੇ ਦਿੱਤਾ ਗਿਆ ਤੇ ਉੱਥੇ ਹੀ ਸਮਾਪਤੀ ਹੋ ਗਈ ਉਹਨਾਂ ਰੇਡਾਂ ਦੀ, ਉਸ ਕਾਰਗੁਜ਼ਾਰੀ ਦੀ? ਇਹ ਇਮਾਨਦਾਰੀ ਹੈ ਤੁਹਾਡੀ ਦੇਸ਼ ਦੇ ਪ੍ਰਤੀ? ਹੁਣ ਮੈਂ ਗੱਲ ਕਰਨ ਲੱਗਾ ਤੁਹਾਡੀ ਧੱਕੇਸ਼ਾਹੀਆਂ ਦੀ। ਪੰਜਾਬ 'ਚ ਧੱਕੇਸ਼ਾਹੀ ਦੀ, ਪੰਜਾਬ 'ਚ ਕਿਸਾਨ ਤੁਹਾਡਾ ਵਿਰੋਧ ਕਰਦੇ ਆ ਤੇ ਸਾਰੀ ਤੁਹਾਡੀ ਪਾਰਟੀ ਹਾ ਦੁਹਾਈ ਮਚਾ ਦਿੰਦੀ ਵੀ ਧੱਕੇ ਕਰਦੇ ਆ, ਧੱਕਾ ਕਰਦੇ ਆ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜੇ ਲੋਕ ਭੁੱਲੇ ਨਾ ਹੋਣ, ਚੰਡੀਗੜ੍ਹ ਦੇ ਵਿੱਚ ਕਾਰਪੋਰੇਸ਼ਨ ਦੀ ਚੋਣ ਹੁੰਦੀ ਹੈ, ਉਹਦੇ ਵਿੱਚ ਜਿੱਤਦਾ ਕੋਈ ਹੈ ਤੇ ਤੁਹਾਡਾ ਹੀ ਬੰਦਾ ਉੱਥੇ ਜੇਤੂ ਕਿਸੇ ਨੂੰ ਕਰਾਰ ਦੇ ਰਿਹਾ, ਉੱਥੇ ਪਾਕਿਸਤਾਨ ਬਣਾ ਕੇ ਰੱਖ ਦਿੱਤਾ ਸੀ ਜਿਵੇਂ ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਦੀ ਚੋਣ ਹੋਈ ਆ, ਵੀ ਵੋਟਾਂ ਕਿਸੇ ਨੂੰ ਪਈਆਂ, ਜਿੱਤਿਆ ਕੋਈ ਤੇ ਜਿਤਾ ਕਿਸੇ ਨੂੰ ਦਿੱਤਾ। ਗੋਆ ਦੇ ਵਿੱਚ ਸਰਕਾਰ ਕੀ ਤੁਸੀਂ ਜ਼ਬਰਦਸਤੀ ਸੁੱਟੀ ਨਹੀਂ ਤੇ ਆਪਣੀ ਬਣਾਈ ਨਹੀਂ? ਬਹੁਮਤ ਕਿਸੇ ਕੋਲ ਹੋਵੇ ਤੇ ਸਰਕਾਰ ਕਿਸੇ ਦੀ ਬਣੇ? ਇਹ ਲੋਕਤੰਤਰ ਹੈ ਯਾਰ ਦੇਸ਼ ਦਾ, ਇਹ ਧੱਕੇਸ਼ਾਹੀਆਂ ਕਿਉਂ? ਆ ਹਿਮਾਚਲ 'ਚ ਪਿੱਛੇ ਜੇ ਤਾਜ਼ਾ ਤਾਜ਼ਾ ਕਿੰਨੇ MLA ਖਰੀਦ ਕੇ ਤੁਸੀਂ, ਡਰਾ ਕੇ ਜਾਂ ਖਰੀਦ ਕੇ ਆਪਣਾ ਰਾਜ ਸਭਾ ਦਾ ਮੈਂਬਰ ਬਣਾ ਲਿਆ, ਜਦੋਂ ਦੇ ਤੁਸੀਂ PM ਬਣੇ ਹੋ? ਤੇ ਮੇਰਾ ਖਿਆਲ ਇਹੋ ਜਿਹਾ ਇਤਿਹਾਸ ਕਿਤੇ ਤੁਸੀਂ ਲਿਖਿਆ ਹੋਣਾ ਵੀ ਜਿੱਤਦਾ ਕੋਈ ਹੈ। ਹਾਂ, ਤੁਸੀਂ ਸਰਕਾਰ ਤੋੜ ਦਿਓ ਸਮਝ ਆਉਂਦੀ ਹੈ, ਉਹਦੀ ਥਾਂ ਤੇ ਜਿਨ੍ਹਾਂ ਲੋਕਾਂ ਨੂੰ ਬਹੁਮਤ ਨਹੀਂ ਉਹਨਾਂ ਨੂੰ ਤੁਸੀਂ ਸਰਕਾਰਾਂ ਬਣਾ ਕੇ ਦਿੱਤੀਆਂ। ਕਾਂਗਰਸ ਵੀ ਕਰਦੀ ਰਹੀ ਹੋਊਗੀ, ਰਾਸ਼ਟਰਪਤੀ ਰਾਜ ਲਾਉਂਦੀ ਸੀ, ਪਰ ਇਸ ਤਰੀਕੇ ਤੇ ਕਦੀ ਵੀ ਨਹੀਂ ਕਿਸੇ ਨੇ ਕੀਤਾ ਜਦੋਂ ਦੇ ਤੁਸੀਂ PM ਬਣੇ ਹੋ। ਪੰਜਾਬ ਨੂੰ ਤੁਸੀਂ ਬਰਬਾਦੀ ਵੱਲ ਧੱਕ ਕੇ ਰੱਖ ਦਿੱਤਾ, ਲੋਕਾਂ ਦਾ ਧਿਆਨ ਹੀ ਨਹੀਂ ਜਾ ਰਿਹਾ, ਲੋਕਾਂ ਦਾ ਧਿਆਨ ਸਿਰਫ ਉਲਝਾਇਆ ਜਾ ਰਿਹਾ ਮੰਦਿਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ। ਪੰਜਾਬੀਆਂ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਤੁਸੀਂ ਖਲਨਾਇਕ ਬਣਾ ਕੇ ਰੱਖ ਦਿੱਤਾ। ਪੰਜਾਬ 'ਚ ਰਹਿਣ ਕੀ ਦਿੱਤਾ ਤੁਸੀਂ? ਨਸ਼ਾ, ਗੈਂਗਸਟਰ, ਧਰਨੇ, ਬੇਰੁਜ਼ਗਾਰੀ, ਅਨਪੜ੍ਹਤਾ, ਬਿਮਾਰੀਆਂ ਤੇ ਮੁਫ਼ਤਖੋਰੀ। 20-20 ਕਿਲੋ ਆਟਾ ਤੇ 5-5 ਕਿਲੋ ਦਾਲ ਤੇ 200-200 ਜਿਹੜੇ ਯੂਨਿਟ ਨੇ ਬੱਤੀ ਦੇ ਫ੍ਰੀ, ਪੰਜਾਬ ਦੇ ਵਿੱਚ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਇਕੱਲੇ ਇਕੱਲੇ BJP ਵਾਲੇ ਨੂੰ ਪੁੱਛੋ। ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ, ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਲੋਕ ਇਹਨਾਂ ਨੂੰ ਸਵਾਲ ਕਰਨ, ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਪੰਜਾਬ 'ਚ ਇੱਕ ਮੀਲ ਪੱਥਰ ਦੱਸ ਦਿਓ ਜਿਹੜਾ ਤੁਸੀਂ ਗੱਡਿਆ ਹੋਵੇ ਪੰਜਾਬ ਸਰਕਾਰ ਲਈ, ਪੰਜਾਬ ਦੇ ਵਿੱਚ ਤੁਸੀਂ ਕੋਈ ਉਪਲਬਧੀ ਦਿੱਤੀ ਹੋਵੇ ਵੀ ਬਹੁਤ ਵੱਡੇ ਪ੍ਰੋਜੈਕਟ ਦਿੱਤੇ ਹੋਣ। ਇਹ ਨਹੀਂ ਹਸਪਤਾਲ ਬਣਾ ਦਿਓ, ਟ੍ਰੇਨ ਚਲਾ ਦਿਓ, ਪੰਜਾਬ ਲਈ ਰੁਜ਼ਗਾਰ ਦੇ ਕੋਈ ਸਾਧਨ ਪੈਦਾ ਕੀਤੇ ਹੋਣ 10 ਸਾਲਾਂ 'ਚ, ਦਿੱਤਾ ਕੀ ਹੈ ਤੁਸੀਂ? ਉਲਟਾ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ, ਔਰ ਜੰਮੂ ਕਸ਼ਮੀਰ ਵਰਗੇ ਤੁਸੀਂ ਹਾਲਾਤ ਬਣਾ ਰਹੇ ਹੋ ਤਾਂ ਜੋ ਇਹ ਸਾਰਾ ਕੁਝ ਬਦਲ ਕੇ ਇਹਨੂੰ ਬਦਨਾਮ ਕਰਕੇ ਇਹਦੇ ਉੱਤੇ ਜੰਮੂ ਕਸ਼ਮੀਰ ਦੀ ਤਰ੍ਹਾਂ ਕਬਜ਼ਾ ਕਰ ਲਿਆ ਜਾਵੇ। ਆ ਕੈਨੇਡਾ ਦੇ ਵਿੱਚ ਜਾਓ ਨਾ, ਨੇਟਿਵ ਇੰਡੀਅਨ ਸੀਗੇ ਜਿਹੜੇ ਪ੍ਰੋਪਰ ਕੈਨੇਡੀਅਨ ਵਸਨੀਕ ਸੀਗੇ, ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾ ਦਿੱਤਾ ਗਿਆ, ਉਹਨਾਂ ਨੂੰ ਭੁੱਖਮਰੀ ਦੇ ਉੱਤੇ ਲਾ ਦਿੱਤਾ ਗਿਆ, ਉਹਨਾਂ ਨੂੰ ਮੁਫ਼ਤਖੋਰੀ ਦੇ ਉੱਤੇ ਲਾ ਦਿੱਤਾ ਗਿਆ, ਔਰ ਉਹ ਜਿਹੜੇ ਪ੍ਰੋਪਰ ਕੈਨੇਡੀਅਨ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਔਰ ਅੱਜ ਕੈਨੇਡਾ ਦੇ ਵਿੱਚ ਵੇਖੋ ਜਿਹੜੇ ਕੈਨੇਡਾ ਦੇ ਪੁਰਾਣੇ ਜੱਦੀ ਪੁਸ਼ਤੀ ਨੇ ਉਹ ਲੋਕ ਤੁਹਾਨੂੰ ਨਸ਼ਿਆਂ 'ਚ ਗ੍ਰਸਤ ਮਿਲਣਗੇ। ਪੰਜਾਬ ਵੀ ਤੁਸੀਂ ਉਸੇ ਤਰਜ਼ ਦੇ ਉੱਤੇ ਤੋਰ ਦਿੱਤਾ, ਬੱਚੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ, ਕਾਰੋਬਾਰ ਨਹੀਂ ਹੈਗਾ, ਨਸ਼ਾ ਇੱਥੇ ਅੱਤ ਦਰਜੇ ਦਾ, ਤੁਹਾਡੇ ਹੀ ਬਾਰਡਰ 'ਤੇ ਆਉਂਦਾ, ਸਰਕਾਰ ਕੇਂਦਰ ਸਰਕਾਰ ਦੇ ਅਧੀਨ ਹੀ ਆ ਨਾ ਸਾਰੇ ਬਾਰਡਰ, ਉੱਥੋਂ ਤੁਹਾਡਾ ਸਾਰਾ ਨਸ਼ਾ ਆਉਂਦਾ। ਪੜ੍ਹਾਈ ਖਤਮ ਕਰ ਦਿੱਤੀ ਗਈ, ਮੈਂ ਅੱਗੇ ਵੀ ਕਿਹਾ ਸੀ 7ਵੀਂ ਦੇ ਬੱਚੇ ਨੂੰ ਪੁੱਛੋ ਸਰਕਾਰੀ ਸਕੂਲ ਦੇ ਵਿੱਚ ਤੇ ਆਉਂਦਾ ਕੁਛ ਨਹੀਂ,
ਕ੍ਰਿਮੀਨਲ ਸ਼ੋਅ ਤੁਸੀਂ ਸਾਨੂੰ ਦੁਨੀਆ ਭਰ ਦੇ ਵਿੱਚ ਕੀਤਾ। ਬਦਨਾਮੀ ਇਸ ਕਦਰ ਕਰ ਰਹੇ ਹੋ ਕਿ ਕੋਈ ਘਟਨਾ ਪੰਜਾਬ 'ਚ ਛੋਟੀ ਮੋਟੀ ਵੀ ਹੁੰਦੀ ਆ ਅਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਸ ਤਰ੍ਹਾਂ ਦਿਖਾਇਆ ਜਾਂਦਾ ਜਿਵੇਂ ਇਹਨਾਂ ਪੰਜਾਬੀਆਂ ਤੋਂ ਮਾੜੇ ਅਤੇ ਲੜਾਕੇ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਨਹੀਂ ਹੈਗੇ। ਜਿਵੇਂ ਸੀਰੀਆ 'ਚ ਹੁੰਦਾ ਉਸ ਤਰੀਕੇ ਤੁਸੀਂ ਪੰਜਾਬੀਆਂ ਨੂੰ ਵਿਖਾਉਂਦੇ ਹੋ, ਨਾ ਕੋਈ ਇੱਥੇ ਵਪਾਰ ਆਵੇ, ਕੰਮ ਕੋਈ ਮਿਲ ਨਹੀਂ ਰਿਹਾ, ਪੂਰਾ ਭੁੱਖਾ ਅਤੇ ਲਾਚਾਰ ਕਰਕੇ ਪੰਜਾਬ ਦੇ ਉੱਤੇ ਤੁਸੀਂ ਕਬਜ਼ਾ ਅੱਧਾ ਪਚੱਧਾ ਤੇ ਕਰ ਲਿਆ, ਰਹਿ ਗਿਆ ਥੋੜ੍ਹਾ ਬਹੁਤਾ ਉਹ ਵੀ ਤੁਸੀਂ ਕਰ ਲੈਣਾ। ਮੋਦੀ ਸਾਹਿਬ ਜੇ ਪੰਜਾਬ ਪ੍ਰਤੀ ਸੁਹਿਰਦ ਸੀ ਨਾ ਤੁਸੀਂ, ਤੇ 4 ਲੱਖ ਕਰੋੜ ਰੁਪਈਏ ਦਾ ਕਰਜ਼ਾ ਹੈ, 1.25 ਲੱਖ ਰੁਪਈਆ ਪਰ ਬੰਦੇ ਦੇ ਉੱਤੇ ਕਰਜ਼ਾ, ਬੱਚਾ ਜੇ ਜੰਮਦਾ ਹੀ ਹੈ ਤੇ ਉਹਦੇ ਉੱਤੇ 1.25 ਲੱਖ ਰੁਪਈਏ ਦਾ ਕਰਜ਼ਾ, 1250 ਰੁਪਈਏ ਪਰ ਬੰਦਾ ਘਰ ਦੇ ਵਿੱਚੋਂ ਵਿਆਜ ਦਿੰਦਾ। ਜੇ ਘਰ 'ਚ 4 ਜੀ ਨੇ ਤੇ 5000 ਰੁਪਈਆ ਅਸੀਂ ਵਿਆਜ ਦਿੰਦੇ ਹਾਂ। ਔਰ ਇਹ ਕਰਜ਼ਾ ਚੜਿਆ ਕਦੋਂ ਸੀਗਾ? ਜਦੋਂ ਅੱਤਵਾਦ ਸੀਗਾ ਉਹਦੇ ਨਾਲ ਨਜਿੱਠਣ ਲਈ ਜਦੋਂ ਫੋਰਸ ਆਈਆਂ ਇਹ ਕਰਜ਼ਾ ਚੜ ਗਿਆ। ਉਹ ਤੇ ਇੱਕ ਦੌਰ ਹੋ ਚੁੱਕਾ ਯਾਰ, 50 ਸਾਲ ਹੋ ਚੁੱਕੇ, 40 ਸਾਲ। ਨਵੀਂ ਪੀੜ੍ਹੀ ਦਾ ਕੀ ਦੋਸ਼ ਹੈ ਕਿ ਨਵੇਂ ਬੱਚੇ ਦੇ ਉੱਤੇ ਕਰਜ਼ਾ? ਕਦੀ ਇਹਨੂੰ ਮਾਫ਼ ਕਰਨ ਦਾ ਸੋਚਿਆ? ਕਦੀ ਤੁਹਾਡੇ ਬੰਦਿਆਂ ਨੇ ਕਿਹਾ ਕਿ ਕਰਜ਼ੇ ਮਾਫ਼ ਕਰ ਦਿਓ, ਪੰਜਾਬ ਨੂੰ ਮਤਲਬ ਤਰੱਕੀ ਦੀ ਰਾਹ ਉੱਤੇ ਲੈ ਚੱਲੋ? ਉੱਤੋਂ ਉੱਤੋਂ ਤੁਸੀਂ ਸਾਨੂੰ ਜੱਫੀਆਂ ਪਾਉਂਦੇ ਹੋ ਔਰ ਅੰਦਰੋਂ ਸਾੜ ਦੇ ਭਰੇ ਹੋ, ਗਲੇ ਲਾ ਕੇ ਮਤਲਬ ਛੁਰੀਆਂ ਮਾਰਦੇ ਹੋ ਤੁਸੀਂ, ਮਤਲਬ ਗੁਰਦੁਆਰਿਆਂ ਜਾਂਦੇ ਹੋ। ਮੈਂ ਆਮ ਤੌਰ 'ਤੇ ਵੇਖਦਾ ਪੱਗ ਬੰਨ੍ਹ ਕੇ ਤੁਸੀਂ ਧਾਰਮਿਕ ਪ੍ਰੋਗਰਾਮ ਅਟੈਂਡ ਕਰਦੇ ਹੋ ਸਿੱਖਾਂ ਦੇ, ਉਦੋਂ ਤੁਸੀਂ ਪੱਗ ਬੰਨ੍ਹ ਲੈਂਦੇ ਹੋ, ਨਾਭੀ ਕਲਰ ਦੀ ਅਤੇ ਨਾਭੀ ਕਲਰ ਦਾ ਹੀ ਅੱਗੇ ਸਕਾਫ ਲਾ ਲੈਂਦੇ ਹੋ ਅਤੇ ਸਿੱਖਾਂ ਦੇ ਬਣ ਜਾਂਦੇ ਹੋ ਰਣਬੀਰ ਕਪੂਰ, ਅਤੇ ਗਲੇ ਲਾ ਕੇ ਮਗਰੋਂ ਮਾਰਦੇ ਹੋ ਪਿੱਠ ਛੁਰੀ। ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕਿ ਮਹਿਫਿਲ ਮੇਂ ਗਲੇ ਮਿਲਕਰ ਵੋ ਧੀਰੇ ਸੇ ਕਹਿ ਗਏ, ਇਹ ਦੁਨੀਆ ਕੀ ਰਸਮ ਹੈ ਇਸੇ ਮੁਹੱਬਤ ਨਾ ਸਮਝ ਲੈਣਾ। ਮਤਲਬ ਇਹ ਦੁਨੀਆਦਾਰੀ ਨੂੰ ਵਿਖਾਉਂਦੇ ਹੋ ਜੱਫੀਆਂ ਪਾਉਣੀਆਂ ਔਰ ਅੰਦਰ ਤੁਹਾਡੇ